राजा राम सिंह जी साडे नाल मौजूद ने, इंसाफ मोर्चे दे लई खास तौर ते पहुंचे ने, किसानी अंदोलन दे विच भी वध चढ़ के इन्हां ने हिस्सा लिया सी। गलबात करदे, वाहिगुरू जी का खालसा वाहिगुरू जी का खालसा वाहिगुरू जी की फतेह। बाबा जी की लगता है मोर्चा लाउण दी नौबत क्यों पई है तुहानू? देखो जदों इंसाफ सरकारां ना देण बार बार मुकरन फिर हुण सिख किधर जाण। ते साडे नाल तां कई सिख कौम नाल हमेशा ही भारत सरकार ने करिया, जिहड़ी उत्थे जनसंघ सरकार आ आर एस एस दी बीजेपी सरकार आ उह सिखां नाल दूहरे मापदंड बना रहे। कोई भी भारत दा कानून ये नहीं कहिंदा भी जिन्हां ने सजावां कट लईआं 30-30 साल हो गए 32-32 साल हो गए भी इन्हां नूं बंद रखिया जावे। देखो तमिलनाडु दे विच जिन्हें राजीव गांधी नूं मारिया सी उस नूं भी उत्थों दी सरकार ने छडाया, वाजिद बरी कराया, लैके गए उन्हों ते पूरी इज्जत दे नाल लैके गए ने। ते हजे साडे सिंघां ने तां उदों दुगणियां सजावां कट लईआं, फिर साडे नाल दूहरे मापदंड क्यों? फिर हुण असीं किधर जाइए? शस्त्रां दी लोड़ भी पई है तुहानूं, शस्त्रां दे नाल आए हो खास तौर ते, सरकार दे नाल टाकरे दा संकेत है जां फिर इंसाफ दी मंग? देखो असीं इंसाफ दी मंग लैण वास्ते आ, शस्त्र दा गुरु ने सानूं हमेशा दित्ते ने, खालसे दे अंग संग रहिंदे ने ਇਹ ਸਾਡੇ ਵੀਰ ਨੇ ਅਸ ਕਿਰਪਾਨ ਖੰਡੋ ਖੜਕ ਤੁਪਕ ਅਵਰ ਤੀਰ ਸਹਿਬ ਸਰੋਤੀ ਸਹਿਤੀ ਜਹੈ ਹਮਾਰੇ ਪੀਰ। ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੇ ਨੇ, ਆਪਦੀ ਵੀ ਰੱਖਿਆ ਕਰਨੀ ਆ ਤੇ ਹੋਰਾਂ ਦੀ ਵੀ ਰੱਖਿਆ ਕਰਨੀ ਆ। ਇਹ ਤਾਂ ਗੁਰੂ ਨੇ ਸਾਨੂੰ, ਇਹ ਤਾਂ ਜਿੱਥੇ ਖਾਲਸਾ ਜਾਊਗਾ ਉੱਥੇ ਨਾਲ ਹੀ ਹੋਣਗੇ। ਪਰ ਇਹ ਜਿਹੜੀ ਇਨਸਾਫ ਦੀ ਲੜਾਈ ਹੈ ਇਹ ਅਸੀਂ ਸ਼ਾਂਤੀ ਦੇ ਨਾਲ ਬਹਿ ਕੇ ਲੜਨੀ ਆ। ਮੰਗ ਕਰਨੀ ਵੀ ਸਾਡੇ ਸਿੱਖ ਛੱਡੋ, ਬੰਦੀ ਸਿੰਘ ਛੱਡੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਆਦਵੀਆਂ ਦੇ ਜਿਹੜੇ ਆਪਣੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਹੋਣ। ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਬਾਈਬਲ ਦੇ ਵਿੱਚ ਉਹ ਮਾਰੇ ਗਏ, ਉਹਨਾਂ ਨੂੰ ਵੀ ਸਖਤ ਸਜ਼ਾਵਾਂ ਹੋਣ। ਅਮਨ ਸ਼ਾਂਤੀ ਨਾਲ ਬੈਠੇ ਹਾਂ। ਬਾਬਾ ਜੀ ਕਿਸਾਨ ਅੰਦੋਲਨ ਵੀ ਤੁਹਾਡੇ ਲੋਕਾਂ ਕਰਕੇ ਹੀ ਸਫਲ ਹੋਇਆ ਸੀ, ਪਰ ਤੁਹਾਨੂੰ ਲੱਗਦਾ ਕਿ ਇਹ ਅੰਦੋਲਨ ਵੀ ਤੁਹਾਡੇ ਕਰਕੇ ਜਾਂ ਫਿਰ ਤੁਸੀਂ ਨਾਲ ਰਹੋਗੇ, ਅੰਗ ਸੰਗ ਰਹੋਗੇ ਸਰਕਾਰਾਂ ਦੇ ਨਾਲ, ਜੇ ਟਾਕਰੇ ਦੀ ਵੀ ਨੌਬਤ ਆਈ ਤਾਂ ਨਾਲ ਰਹੋਗੇ? ਦੇਖੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਫਲ ਹੋਇਆ, ਸਾਡੇ ਕਰਕੇ ਨਹੀਂ ਹੋਇਆ ਸੀ ਕੀ ਚੀਜ਼ਾਂ, ਉਹ ਗੁਰੂ ਦੀ ਸਾਰੀ ਕਿਰਪਾ ਹੋਈ ਆ ਉੱਥੇ। ਇੱਥੇ ਵੀ ਗੁਰੂ ਦੀ ਕਿਰਪਾ ਵਰਤਣੀ ਆ, ਜਦੋਂ ਸਾਰਾ ਪੰਥ ਇਕੱਠਾ ਹੋ ਜਾਵੇ ਤਾਂ ਗੁਰੂ ਦੀ ਕਿਰਪਾ ਵਰਤਦੀ ਆ, ਇੱਥੇ ਵੀ ਗੁਰੂ ਸਾਹਿਬ ਦੀ ਕਿਰਪਾ ਵਰਤਣੀ ਆ, ਸਾਰਾ ਕੁਛ ਹੋਣਾ ਅਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮੋਰਚਾ ਸਫਲ ਹੋਵੇ, ਅਸੀਂ ਅਰਦਾਸ ਬੇਨਤੀ ਸਤਿਗੁਰਾਂ ਚਰਨਾਂ 'ਚ ਕਰਦੇ ਹਾਂ ਜੀ। ਬੇਅਦਬੀਆਂ ਦਾ ਇਨਸਾਫ ਹੁਣ ਤੱਕ ਨਹੀਂ ਮਿਲਿਆ, ਲੱਗਦਾ ਵੀ 328 ਸਰੂਪਾਂ ਸਣੇ ਬੇਅਦਬੀਆਂ ਦੇ ਮਾਮਲੇ ਲੈ ਕੇ ਸਰਕਾਰ ਜਵਾਬ ਦੇ ਸਕਦੀ ਤੁਹਾਨੂੰ? ਸਾਰਾ ਕੁਛ ਸਰਕਾਰਾਂ ਕਰ ਸਕਦੀਆਂ ਨੇ, ਕੀ ਨਹੀਂ ਕਰ ਸਕਦੀਆਂ? ਜੇ ਸਰਕਾਰਾਂ ਤੋਂ ਨਹੀਂ ਹੁੰਦਾ ਸਾਨੂੰ ਦੇ ਦੇਣ 10-5-7 ਦਿਨ ਹਫ਼ਤਾ, ਅਸੀਂ ਕਰ ਦਾਂਗੇ ਸਾਰਾ ਕੁਛ, ਕਰ ਦਿਆਂਗੇ, ਸਾਨੂੰ ਦੇਣ ਮੌਕਾ, ਸਾਡੇ ਹੱਥ ਦੇਣ ਪਾਵਰ, ਅਸੀਂ ਕਰਕੇ ਦਿਖਾਉਂਦੇ ਹਾਂ ਵੀ ਕੀ ਨਹੀਂ ਹੁੰਦਾ, ਇੱਥੇ ਸਭ ਕੁਛ ਹੁੰਦਾ। ਕੁੱਤੀ ਚੋਰਾਂ ਨਾਲ ਮਿਲੀ ਹੋਈ ਆ, ਇਸ ਕਰਕੇ ਸਰਕਾਰਾਂ ਨਹੀਂ ਚਾਹੁੰਦੀਆਂ, ਪਰ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਹੁਣ, ਜੇ ਇਨਸਾਫ ਨਹੀਂ ਦਿੰਦੇ ਇਹ ਬੇਅਦਬੀਆਂ ਦਾ ਜਾਂ ਸਿੰਘਾਂ ਦਾ ਇਨਸਾਫ ਨਹੀਂ ਦਿੰਦੇ ਤਾਂ ਫਿਰ ਜਿਹੜੇ ਰਾਹ ਬਾਦਲ ਕੇ ਗਏ ਨੇ ਕੈਪਟਨ ਗਿਆ ਉਹੀ ਰਾਹ ਇਹ ਜਾਣਗੇ। ਠੀਕ ਹੈ, ਅਤੇ ਸਾਫ਼ ਤੌਰ 'ਤੇ ਤੁਸੀਂ ਸੁਣਿਆ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਇਨਸਾਫ ਮੋਰਚਾ ਅਗਲੇ ਪੜਾਅ ਦੇ ਵੱਲ ਤੁਰਦਾ ਨਜ਼ਰ ਆ ਰਿਹਾ। ਵਿਰਜਨ ਸੁਖਜਿੰਦਰ ਰਾਮ ਸ਼ਰਮਾ, ਰਿਪੋਰਟ, ਫੈਕਟ ਨਿਊਜ਼।